ਉਹ ਕਿਸੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਤੇ ਧਾਰਾਵਾਂ ਨਹੀਂ ਲੱਗੀਆਂ, ਫਰਕ ਹੈ। ਸਾਧ ਸੰਗਤ ਜੀ, ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੱਤਣੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਊਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ। ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਦੇ ਹੋ, ਕਦੇ ਸਮਝਦੇ ਵੀ ਹੋ ਬੰਦੀ ਸਿੰਘ ਹੋਏ ਕਿਉਂ? ਜਿਹੜਾ 84 ਚ ਨਿਆਂ ਹੋਇਆ ਸੀ, ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ, ਉਸ ਬੇਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ। ਔਰ ਅੱਜ 9 ਬੰਦੀ ਸਿੰਘਾਂ ਦਾ ਜਾਂ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ, ਉਹ ਕੌਮ ਖਾਤਰ ਲੜੇ, ਉਹ ਕਿਸੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਤੇ ਧਾਰਾਵਾਂ ਨਹੀਂ ਲੱਗੀਆਂ, ਫਰਕ ਹੈ। ਔਰ ਮੈਨੂੰ ਪਤਾ, ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਹੈ ਤਾਂ ਮੇਰੇ ਕਈ ਸਾਥੀ ਸ਼ੁਭ ਚਿੰਤਕ ਇਸ ਫਿਕਰ 'ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਅਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ, ਹੁਣ ਤੂੰ ਫੇਰ ਛੇੜ ਲਈ। ਔਰ ਮੈਂ ਅੱਜ ਤੁਹਾਨੂੰ ਸਪਸ਼ਟ ਹੀ ਕਹਿ ਕੇ ਚੱਲਿਆ, ਸਾਧ ਸੰਗਤ ਜੀ, ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੱਤਣੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਊਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ। ਜੇ ਖਲੋਣਾ ਵਿਚਾਰਧਾਰਾ ਤੇ ਜੇ ਖਲੋਣਾ ਸੱਚ ਤੇ, ਫਿਰ ਸਰਦਾਰ ਗੁਰਦੀਪ ਸਿੰਘ ਜੱਲੂਪੁਰ ਖਹਿੜਾ ਸਾਹਿਬ ਜੋ ਗੱਲ ਕਰਕੇ ਗਏ ਆ, ਫਿਰ ਉਹੋ ਜਿਹੀਆਂ ਗੱਲਾਂ 'ਤੇ ਪਹਿਰਾ ਦੇਣਾ ਪੈਣਾ। 25 ਸਾਲ ਮੇਰਾ ਵੀਰ, 25 ਸਾਲ ਕਿੱਥੇ, ਮੈਂ ਤੁਹਾਨੂੰ ਘਰ 'ਚ ਹੀ ਬੰਦ ਕਰਦਿਆਂ ਨਾ 25 ਸਾਲ ਲਈ, ਅਤੇ 1 ਮਿੰਟ ਵਾਸਤੇ 25 ਸਾਲ ਵਿਦਆਊਟ ਪਰੋਲ। ਤੁਸੀਂ ਹੌਸਲਾ ਕਰੋ, ਮੈਂ ਬੰਦੀ ਸਿੰਘਾਂ ਨਾਲ ਸਮਾਂ ਕੱਢ ਕੇ ਆਇਆ, ਮੈਂ ਇਹਨਾਂ ਦਾ ਸਮਝਦਾ ਮਾੜਾ ਮੋਟਾ। ਹਾਲੇ ਜਲਾਲ ਉਸਮਾ ਜੀ, ਤੁਹਾਨੂੰ ਗੇੜਾ ਕੱਢਣਾ ਪੈਣਾ, ਫਿਰ ਤੁਸੀਂ ਸਮਝੋਗੇ। ਤੁਸੀਂ ਇੰਨੀ ਗੱਲ 'ਤੇ ਘਬਰਾ ਜਾਣਾ ਅਤੇ ਤੁਹਾਡੀ ਧਰਮ ਪਤਨੀ ਨੇ ਮੇਰੇ ਨਾਲ ਭਾਵੇਂ ਨਾਰਾਜ਼ ਹੀ ਹੋ ਜਾਣਾ, ਮਗਰ ਮੈਂ ਤੁਹਾਨੂੰ ਸੱਚੀ ਦੱਸ ਰਿਹਾ। ਜੇ ਪੰਜਾਬ ਦਾ ਕਲਚਰ, ਪੰਜਾਬ ਦਾ ਇਤਿਹਾਸ ਮੁੜ ਸੁਰਜੀਤ ਕਰਨਾ ਨਾ, ਫਿਰ ਨਾ ਮੌਤ ਤੋਂ ਅਤੇ ਨਾ ਜੇਲ੍ਹ ਤੋਂ ਘਬਰਾਉਣ ਦੀ ਜਿਹੜਾ ਫਿਕਰ ਹੈ ਨਾ, ਇਹਨੂੰ ਲਾ ਦਿਓ।